ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਜਤਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਅੱਜ ਇੱਕ ਨਵਾਂ ਪ੍ਰੋਗਰਾਮ ਤੁਹਾਡੇ ਸਾਹਮਣੇ ਅਸੀਂ ਰੂਬਰੂ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦਾ ਨਾਂ ਆ ਧਰਮ ਅਤੇ ਸਿਆਸਤ। ਇਸ ਪ੍ਰੋਗਰਾਮ ਵਿੱਚ ਜਿੱਥੇ ਅਸੀਂ ਆਪਣੇ ਧਾਰਮਿਕ ਪ੍ਰੋਬਲਮਸ ਆ ਕੋਈ, ਜਾਂ ਧਾਰਮਿਕ ਗੱਲਾਂ ਬਾਤਾਂ, ਜਾਂ ਧਾਰਮਿਕ ਨਵੇਂ ਇਸ਼ੂਜ਼ ਆ ਉਹਦੇ 'ਤੇ ਗੱਲਾਂ ਬਾਤਾਂ ਕਰਿਆ ਕਰਾਂਗੇ। ਨਾਲ ਦੀ ਨਾਲ ਰਾਜਨੀਤੀ ਕਿਵੇਂ ਚੱਲ ਰਹੀ ਹੈ ਧਰਮ ਨਾਲ ਸੰਬੰਧਿਤ, ਉਹਦੇ ਬਾਰੇ ਵੀ ਅਸੀਂ ਤੁਹਾਡੇ ਸਾਹਮਣੇ ਕੋਈ ਨਾ ਕੋਈ ਨਵੀਂ ਕੋਈ ਗੱਲਬਾਤ ਲੈ ਕੇ ਹਾਜ਼ਰ ਹੋਇਆ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਜਿਹੜਾ ਵਿਸ਼ਾ ਉਹ ਇੱਕ ਸਪੈਸ਼ਲ ਵਿਸ਼ਾ ਹੈਗਾ। ਪੰਜਾਬ ਤੋਂ ਦੂਰ ਇੱਕ ਹੋਰ ਵੀ ਪੰਜਾਬ ਵੱਸਦਾ, ਉਸ ਇਲਾਕੇ ਨੂੰ ਤਰਾਈ ਦਾ ਇਲਾਕਾ ਕਿਹਾ ਜਾਂਦਾ। ਨੈਣੀਤਾਲ, ਰੁਦਰਪੁਰ, ਪੀਲੀਭੀਤ ਇਹ ਜਿਹੜਾ ਇਲਾਕਾ ਇਹ UP ਦੇ ਵਿੱਚ ਪੈਂਦਾ, ਜਿੱਥੇ ਸਾਡੀ ਸਿੱਖ ਕੌਮ ਨੇ ਬੜੀ ਮਿਹਨਤ ਮੁਸ਼ੱਕਤ ਕਰਕੇ ਉੱਥੇ ਜਿਹੜੀ ਜ਼ਮੀਨ ਸੀ ਉਹਨੂੰ ਆਬਾਦ ਕੀਤਾ। ਜੰਗਲ 'ਚ ਮੰਗਲ ਕਿਹਾ ਜਾਂਦਾ ਇਸ ਇਲਾਕੇ ਨੂੰ, ਅਤੇ ਉੱਥੇ ਉਹਨਾਂ ਨੇ ਬੜੀ ਮਿਹਨਤ ਕਰਕੇ ਇਹ ਜਿਹੜਾ ਪੂਰਾ ਏਰੀਆ ਉਹ ਡਿਵੈਲਪ ਕੀਤਾ। ਇਸ ਵੇਲੇ ਜਿਸ ਤਰੀਕੇ ਨਾਲ ਪੰਜਾਬ ਵਿੱਚ ਫਸਲ ਹੋ ਰਹੀ ਆ, ਉਸੇ ਤਰੀਕੇ ਨਾਲ ਉਸ ਇਲਾਕੇ ਵਿੱਚ ਵੀ ਫਸਲ ਜਿਹੜੀ ਆ ਉਹ ਹੁੰਦੀ ਆ। ਬਿਲਕੁਲ ਇਸ ਤਰ੍ਹਾਂ ਲੱਗਦਾ ਕਿ ਇੱਕ ਮਿੰਨੀ ਪੰਜਾਬ ਜਿਹੜਾ ਉੱਥੇ ਆਬਾਦ ਹੋ ਚੁੱਕਾ। ਸਿੱਖਾਂ ਦੀ ਆਬਾਦੀ ਉੱਥੇ ਬਹੁਤ ਜ਼ਿਆਦਾ, ਅਤੇ ਜਦੋਂ ਇਸ ਤਰ੍ਹਾਂ ਦਾ ਸਾਰਾ ਕੁਛ ਉੱਥੇ ਸਥਾਪਿਤ ਹੋ ਜਾਂਦਾ ਤਾਂ ਕੁਦਰਤੀ ਗੱਲ ਹੈ ਕਿ ਕੋਈ ਨਾ ਕੋਈ ਵਾਦ ਵਿਵਾਦ ਵੀ ਉੱਥੇ ਪੈਣਾ ਸੁਭਾਵਿਕ ਆ। ਉੱਥੇ ਧਾਰਮਿਕ ਸਥਾਨ ਵੀ ਹੈਗੇ ਆ, ਕੁਛ ਇਤਿਹਾਸਿਕ ਸਥਾਨ ਵੀ ਆ, ਕੁਛ ਪ੍ਰਾਈਵੇਟ ਸਥਾਨ ਵੀ ਅਜਿਹੇ ਹੈਗੇ ਆ ਜਿੱਥੋਂ ਜਿਹੜਾ ਹੈਗਾ ਕੁਛ ਨਾ ਕੁਛ ਪ੍ਰੋਬਲਮਸ ਦੀਆਂ ਖਬਰਾਂ ਸਾਨੂੰ ਮਿਲਦੀਆਂ ਰਹਿੰਦੀਆਂ। ਇੱਕ ਇਲਾਕਾ ਹੈਗਾ ਪਿੰਡ ਪਾਸ਼ੀਆਪੁਰ, ਉਹਦਾ ਇਹ ਤਹਿਸੀਲ ਜਿਹੜੀ ਆ ਉਹ ਬਿਲਾਸਪੁਰ ਤਹਿਸੀਲ ਪੈ ਜਾਂਦੀ ਆ, ਜ਼ਿਲ੍ਹਾ ਰਾਮਪੁਰ, ਡਿਸਟ੍ਰਿਕਟ ਜਿਹੜਾ ਹੈਗਾ ਉਹ ਰਾਮਪੁਰ ਆ, ਅਤੇ UP ਸਟੇਟ ਆ ਯਾਨੀ ਕਿ ਉੱਤਰ ਪ੍ਰਦੇਸ਼। ਉੱਥੇ ਜਿਹੜਾ ਇੱਕ ਗੁਰੂ ਘਰ ਆ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ, 1974 ਤੋਂ ਇੱਕ ਗੁਰੂ ਘਰ ਆ, ਪਰ ਉਹਦੀ ਕੁਛ ਨਾ ਕੁਛ ਪ੍ਰੋਬਲਮਸ ਜਿਹੜੀਆਂ ਸਮੇਂ ਸਮੇਂ 'ਤੇ ਕ੍ਰੀਏਟ ਹੋ ਰਹੀਆਂ। ਭਾਵੇਂ ਕਿ ਉਹ ਇਤਿਹਾਸਿਕ ਗੁਰੂ ਘਰ ਨਹੀਂ ਹੈਗਾ, ਪਰ ਉਸ ਗੁਰੂ ਘਰ ਦੀਆਂ ਜਿਹੜੀ ਮੰਨਤ ਹੈ ਇਸ ਵੇਲੇ ਅੱਜ ਦੀ ਡੇਟ 'ਚ ਬਹੁਤ ਜ਼ਿਆਦਾ, ਲੱਖਾਂ ਲੋਕ ਜਿਹੜੇ ਆ ਉੱਥੇ ਜਾਂਦੇ ਆ ਹਰ ਐਤਵਾਰ ਨੂੰ। ਉੱਥੇ ਵੱਡਾ ਬਹੁਤ ਜ਼ਿਆਦਾ ਜਿਵੇਂ ਕਹਿ ਲਓ ਵੀ ਚੜਾਵਾ ਵੀ ਚੜ੍ਹਦਾ ਜਦੋਂ ਅਜਿਹੀਆਂ ਗੱਲਾਂ ਹੋ ਜਾਂਦੀਆਂ, ਅਤੇ ਕੁਛ ਨਾ ਕੁਛ ਪ੍ਰੋਬਲਮਸ ਸਾਨੂੰ ਦੇਖਣ ਨੂੰ ਮਿਲਦੀਆਂ। ਅੱਜ ਇਸ ਪ੍ਰੋਬਲਮਸ ਨਾਲ ਅਸੀਂ ਡਿਸਕਸ ਕਰਨ ਲਈ ਸਾਡੇ ਸਟੂਡੀਓ ਵਿੱਚ, ਪੰਜਾਬ ਮਿਲ ਦੇ ਸਟੂਡੀਓ ਵਿੱਚ ਅਸੀਂ ਨਿਯੁਕਤਾ ਦਿੱਤਾ ਸਰਦਾਰ ਗੁਰਵਿੰਦਰ ਸਿੰਘ ਬਾਜਵਾ, ਜਿਹੜੇ ਸੈਕਰਾਮੈਂਟੋ ਕੈਲੀਫੋਰਨੀਆ 'ਚ ਰਹਿੰਦੇ ਆ। ਹੈਗੇ ਤਾਂ ਉਹ ਬਿਜ਼ਨਸਮੈਨ, ਇੱਥੇ ਗੁਰੂ ਘਰ ਦੇ ਉਹ ਪ੍ਰੈਜੀਡੈਂਟ ਵੀ ਰਹਿ ਚੁੱਕੇ ਆ, ਰੀਨੋ ਗੁਰੂ ਘਰ, ਅਤੇ ਹੁਣ ਉਹ ਰੋਜ਼ਵਿਲ ਸੈਕਰਾਮੈਂਟੋ ਵਿੱਚ ਰਹਿ ਰਹੇ ਆ। ਇਹ ਜਿਹੜੇ ਮਸਲੇ ਆ ਅਕਸਰ ਉਹ ਕੋਈ ਨਾ ਕੋਈ ਜਿਹੜਾ ਇਸ ਤਰੀਕੇ ਦਾ ਮਸਲਾ ਹੁੰਦਾ, ਸਿੱਖਾਂ ਨਾਲ ਰਿਲੇਟਡ ਜਿਹੜਾ ਮਸਲਾ ਹੁੰਦਾ, ਉਹਨੂੰ ਉਹਨਾਂ ਨੇ ਸਮੇਂ ਸਮੇਂ 'ਤੇ ਉਭਾਰਿਆ। ਅਤੇ ਚਾਹੇ ਉਹ ਗੁਰੂ ਘਰ ਦਾ ਜਿਹੜਾ ਅਮੈਰੀਕਾ ਦੇ ਗੁਰੂ ਘਰ ਆ ਉੱਥੋਂ ਦੇ ਮਸਲੇ ਹੋਣ, ਅਤੇ ਚਾਹੇ ਉਹ ਆਪਣੇ ਜੱਦੀ ਪਿੰਡਾਂ ਦੇ ਮਸਲੇ ਹੋਣ, ਜਿਵੇਂ ਮੈਂ ਦੱਸ ਕੇ ਹਟਿਆ ਕਿ ਬਿਲਾਸਪੁਰ ਰਾਮਪੁਰ ਜਿਹੜਾ ਹੈਗਾ ਪਾਸ਼ੀਆਪੁਰ ਉੱਥੇ ਜਿਹੜਾ ਪਿੰਡ ਆ ਉੱਥੇ ਜਿਹੜਾ ਮਸਲਾ, ਉਹ ਵੀ ਉਹਨਾਂ ਨੇ ਬਹੁਤ ਬਰੀਕੀ ਨਾਲ ਉਹਨੂੰ ਦੇਖਣਾ ਸ਼ੁਰੂ ਕੀਤਾ, ਅਤੇ ਉਹਦੇ ਲਈ ਉਹ ਬੜੇ ਚਿੰਤਤ ਆ। ਆਓ ਜਾਣੀਏ ਕੀ ਹੈ ਇਹ ਮਸਲਾ। ਸਵਾਗਤ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੰਧਾਵਾ ਸਾਹਿਬ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਥੈਂਕ ਯੂ ਤੁਹਾਡਾ ਵੀ ਪੰਜਾਬ ਮੇਲ ਚੈਨਲ ਦਾ ਅਤੇ ਪੰਜਾਬ ਮੇਲ ਅਖਬਾਰ ਦਾ ਕਿ ਜਿਹੜਾ ਤੁਸੀਂ ਸਮਾਂ ਕੱਢ ਕੇ ਇਹ ਇੰਟਰਵਿਊ ਲਈ ਨਿਯੁਕਤਾ ਦਿੱਤਾ। ਧੰਨਵਾਦ ਜੀ। ਮੈਂ ਜਿਵੇਂ ਦੱਸ ਕੇ ਹਟਿਆ ਕਿ ਪਹਿਲਾਂ ਕਿ ਤਹਿਸੀਲ ਬਿਲਾਸਪੁਰ ਦਾ ਪਿੰਡ ਆ ਪਾਸ਼ੀਆਪੁਰ ਰਾਮਪੁਰ ਜ਼ਿਲ੍ਹਾ, ਉੱਥੇ ਜਿਹੜਾ ਗੁਰੂ ਘਰ ਆ, ਮੈਂ ਚਾਹਾਂਗਾ ਕਿ ਸਭ ਤੋਂ ਪਹਿਲਾਂ ਇਹ ਦੱਸੋ ਵੀ ਉਹ ਗੁਰੂ ਘਰ ਕਦੋਂ ਸ਼ੁਰੂ ਕੀਤਾ ਗਿਆ ਅਤੇ ਕਿਵੇਂ ਹੋਂਦ ਵਿੱਚ ਆਇਆ? ਉਹ ਰੰਧਾਵਾ ਸਾਹਿਬ 1974 ਦੇ ਵਿੱਚ ਉੱਥੇ ਪਰਿਵਾਰ ਸੀਗਾ, ਹਜ਼ਾਰਾ ਪਰਿਵਾਰ ਜੀ, ਉਹਨਾਂ ਦੇ ਬਜ਼ੁਰਗਾਂ ਨੇ 1974 'ਚ ਉੱਥੋਂ, ਮਤਲਬ ਜਿੱਦਾਂ ਕਿ ਉਹਨਾਂ ਦਾ ਉੱਥੇ ਨੁਕਸਾਨ ਵਗੈਰਾ ਬਹੁਤ ਹੁੰਦਾ ਸੀ, ਉਹਨਾਂ ਦਾ 2-2.5 ਕਿੱਲੇ ਜ਼ਮੀਨ ਸੀ, ਉੱਥੇ ਕੋਈ ਫਸਲ ਵਗੈਰਾ ਨਹੀਂ ਸੀ ਹੁੰਦੀ। ਉਹਨਾਂ ਨੂੰ ਕਿਸੇ ਨੇ ਦੱਸਿਆ ਜਿੱਦਾਂ ਉਹਨਾਂ ਨੇ ਉੱਥੇ ਦੀਵਾ ਬਾਲਣਾ ਸ਼ੁਰੂ ਕੀਤਾ, ਅਤੇ ਜਿੱਦਾਂ ਜੋਤ ਬਾਲੇ ਸੀ। ਦੀਵਾ ਤਾਂ ਆਪਣੇ ਮੇਰੇ ਖਿਆਲ ਸਿੱਖ ਧਰਮ 'ਚ ਅਲਾਊਡ ਆ ਜੀ? ਇਹ ਅਲਾਊਡ ਹੈਗਾ? ਅੱਛਾ, ਹਾਂਜੀ, ਮੈਨੂੰ ਨਹੀਂ ਪਤਾ। ਨਹੀਂ, ਮੈਂ ਵੀ ਇਸ ਬਾਰੇ ਨਹੀਂ, ਤੁਹਾਨੂੰ ਸੁਣ ਕੇ ਬੜਾ ਮੈਂ ਹੈਰਾਨ ਹੋਇਆ ਜਦੋਂ ਦੀਵੇ ਦੀ ਗੱਲ ਕੀਤੀ ਆ। ਹਾਂਜੀ, ਤੇ ਮੈਂ ਬੜਾ ਹੈਰਾਨ ਹੋਇਆ ਵੀ ਦੀਵਾ ਅਲਾਊਡ ਹੈਗਾ ਕਿ ਦੀਵਾ ਲਾਉਣੇ, ਆਈ ਥਿੰਕ ਜੋਤ ਕਹਿ ਲਓ ਜਾਂ ਤਾਂ। ਅੱਛਾ ਜੀ, ਜੋਤਾਂ ਬਾਲ ਸਕਦੇ ਆ। ਤੇ ਉਹਨਾਂ ਨੇ ਉਹ ਸ਼ੁਰੂ ਕੀਤਾ। ਉਸ ਤੋਂ ਬਾਅਦ 94 ਦੇ ਵਿੱਚ ਕੋਈ ਪੰਜਾਬ ਤੋਂ ਕੋਈ ਮਹਾਂਪੁਰਖ ਆਏ। ਓਕੇ, ਉਹਨਾਂ ਨੇ ਦੱਸਿਆ ਵੀ ਇੱਥੇ ਤੁਸੀਂ ਗੁਰੂ ਘਰ, ਯਾਨੀ ਉਹ ਗੁਰੂ ਘਰ ਸ਼ੁਰੂ ਹੋਣ ਤੋਂ 20 ਸਾਲਾਂ ਬਾਅਦ। ਗੁਰੂ ਘਰ ਨਹੀਂ ਸੀ ਉਦੋਂ? ਅੱਛਾ, ਪਹਿਲਾਂ ਗੁਰੂ ਘਰ ਨਹੀਂ ਸੀ, ਜਗ੍ਹਾ ਸੀ ਸਿਰਫ ਓਨਲੀ ਉਹ ਜੋਤ ਬਾਲਦੇ ਸੀ। ਕਿੰਨਾ ਥਾਂ ਸੀਗਾ ਜੀ? ਥਾਂ ਤਾਂ ਵੈਸੇ 1-1.5 ਏਕੜ ਜਗ੍ਹਾ ਹੋਣੀ ਹੈ। ਅੱਛਾ,
पर उस तो बाद उन्होंने छोटा जिहा रूम सीगा जिथे भी गुरु महाराज का प्रकाश नहीं सीगा। 1994 जो उत्थों को पंजाब तो जिदा को आए ने महापुरख आए ने जिदा उन्होंने कहा भी तुम गुरु ग्रंथ साहब जी का प्रकाश करो इतने। अच्छा जी। तो इतने मतलब संगत काफ़ी आया करेगी तो मतलब कि काफ़ी इतने होया करेगा सारा। ओके। 1994 दस बाय 12 का एक छोटा रूम बना के उत्थे गुरु ग्रंथ साहब जी का प्रकाश करता 1994। ओके। हाँ जी। तो उत्थे उन्होंने फिर नाँ रखता वह जी बाबा दीप सिंह जी के नाते गुरु घर बना प्राइवेट गुरु घर प्राइवेट गुरु घर कोई कोई परिवार का सीगा पिंड काफ़ी वड्डा उत्थे जी जी पिंड किसी की कोई इंटरफेयरनेंस नहीं सी। उस तो बाद उत्थे हौली हौली मतलब करद दो चार दस करद जिदा भी हूँ जिथे गुरु ग्रंथ साहब ने उत्थे तो मतलब मन्नत पूरी होनी होनी है कि गुरु साहब आप हाजिर नाजर ने जी उत्थे इदा करद्या करद्या कि अज की तरीक दे विच उत्थे लखां दे एवरी संडे नूं उत्थे दुकान लगता है। तो हुण तां काफ़ी 6-7 एकड़ दे विच शैड वगैरह ने सारा लंगर का प्रबंध एवरीथिंग उत्थे हैगा। ओके। वो परिवार कला ही उत्थे हजारा परिवार है जिहड़ा बिलासपुर का वह गुरु घर चलाउंदा सीगा। उन्होंने कुछ प्रॉब्लम्स आईया होनिया ने किदां कर करा के उन्होंने वह सेवा जी वीर जी नूप सिंह नवाबगंज गुरद्वारा साहब जी सेवा करा रहे हैं। ओके। उन्होंने वह उत्थे जा के संगत दे विच सारा करके उन्होंने सरोपे पा के सेवा उन्होंने देती। कदों की गल है जी इस साल की अरे आई थिंक 2-3 महीने की गल है 2022 की गल है। हाँ जी हाँ जी बिल्कुल रीसेंटली नहीं मैं इत गल द्वारा वापस ले जाना चाहना जोड़ा 1994 तो तुम दसा कि उत्थे प्रकाश किया गया। हाँ जी। ਉਦੋਂ ਫਿਰ ਕੋਈ ਹੋਰ ਕਮੇਟੀ ਬਣਾਈ ਗਈ ਸੀ ਕਿ ਪ੍ਰਾਈਵੇਟ ਹੱਥਾਂ ਵਿੱਚ ਸੀ ਉਸ ਇੱਕੋ ਪਰਿਵਾਰ ਦੇ ਹੱਥ 'ਚ ਸੀ। ਅੱਛਾ ਇੱਕ ਪਰਿਵਾਰ 94 ਤੋਂ ਲੈ ਕੇ 22 ਤੱਕ ਇੱਕੋ ਪਰਿਵਾਰ ਦੇ ਹੱਥ 'ਚ ਸੀਗਾ। ਇਹ ਪ੍ਰਾਈਵੇਟ ਸੀਗਾ ਗੁਰੂ ਪ੍ਰਾਈਵੇਟ। ਹਾਂਜੀ। ਅੱਛਾ ਕਿਉਂਕਿ ਉਹਨਾਂ ਦੀ ਜ਼ਮੀਨ ਸੀ ਕੋਈ ਕਮੇਟੀ ਨਹੀਂ ਸੀ ਕੋਈ ਟਰਸਟ ਨਹੀਂ ਸੀ ਕੋਈ ਪਿੰਡ ਦਾ ਕੁਛ ਮਤਲਬ ਉਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਸੀਗਾ। ਓਕੇ। ਹਾਂਜੀ ਇਹ ਕਿੱਡਾ ਕਿੱਡੀ ਕੁ ਇਮਾਰਤ ਸੀਗੀ ਇਹਦੀ ਹੁਣ 1994 'ਤੇ ਜਦੋਂ ਇੱਕ ਕਮਰੇ ਤੋਂ ਸ਼ੁਰੂ ਹੋਇਆ ਜਿੱਦਾਂ ਵੀ ਮਤਲਬ ਚੜਾਵਾ ਆਇਆ ਹੋਣਾ ਜਾਂ ਕਰ ਕਰਾ ਕੇ ਅਤੇ ਉਹ ਫਿਰ ਕਾਫ਼ੀ ਹੁਣ ਉੱਥੇ ਗੁਰਦੁਆਰਾ ਸਾਹਿਬ ਕਾਫ਼ੀ ਵੱਡਾ ਬਣਿਆ ਸ਼ੈੱਡ ਹੈਗਾ ਹੈ 2-3 ਏਕੜ ਦੇ ਵਿੱਚ ਲੰਗਰ ਹਾਲ ਚੱਲਦਾ ਦੀਵਾਨ ਲੱਗਦਾ ਸੰਡੇ ਟੂ ਸੰਡੇ ਸੰਗਤ ਆਉਂਦੀ ਹੈ ਉੱਥੇ। ਕਿੰਨੀ ਕੁ ਸੰਗਤ ਆ ਜਾਂਦੀ ਹੈ ਅਤੇ ਕਿੰਨਾ ਕੁ ਚੜਾਵਾ ਅਪਰੋਕਸੀਮੇਟਲੀ ਰਫਲੀ ਮੈਨੂੰ ਜਿੱਥੋਂ ਤੱਕ ਸੁਣਨ 'ਚ ਆਇਆ ਜੀ 10 ਲੱਖ ਦੇ ਕਰੀਬ ਵੀਕਲੀ ਚੜਾਵਾ ਹੈਗਾ ਉੱਥੇ ਹਰ ਹਫ਼ਤੇ ਐਵਰੀ ਸੰਡੇ ਇੱਕ ਸਮਾਗਮ ਦਾ ਇੱਕ ਸਮਾਗਮ। ਹਾਂਜੀ। ਅੱਛਾ। ਇੰਨੀ ਕੁ ਉੱਥੇ ਸੰਗਤ ਆਉਂਦੀ ਉਹ ਜਿਹੜਾ ਏਰੀਆ ਪਸ਼ੀਆਪੁਰ ਪਿੰਡ ਹੈ ਜੀ ਤਹਿਸੀਲ ਬਿਲਾਸਪੁਰ ਹੈ ਜ਼ਿਲ੍ਹਾ ਰਾਮਪੁਰ ਹੈ ਉਹ ਏਰੀਆ ਜਿਹੜਾ ਹੈਗਾ ਆਪ ਜੀ ਨੇ ਵੀ ਦੇਖਿਆ ਉਹ ਮਿੰਨੀ ਪੰਜਾਬ ਹੈ ਜੀ ਬਿਲਕੁਲ ਸੰਗਤ ਬਹੁਤ ਹੈ ਮੈਂ ਦੱਸ ਕੇ ਹਟਿਆ ਪਹਿਲਾਂ। ਹਾਂਜੀ ਅਤੇ ਉਹਦੇ 'ਚ ਇਹ ਹੈ ਕਿ ਉੱਥੇ ਜਿਸ ਹਿਸਾਬ ਨਾਲ ਕੋਈ ਆਪਣੇ ਮੰਨਤ ਲੈ ਕੇ ਜਾਂਦਾ ਜਾਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਹੈ ਜੀ ਜੀ ਅਤੇ ਉੱਥੇ ਪੂਰੀ ਹੁੰਦੀ ਹੈ। ਅੱਛਾ। ਸੰਗਤ ਦਾ ਵਿਸ਼ਵਾਸ ਇੰਨਾ ਜ਼ਿਆਦਾ ਬਣ ਗਿਆ ਕਿ ਉਹ ਮਤਲਬ ਉੱਥੇ ਈਵਨ ਕਿ ਇਹ ਇਤਿਹਾਸਿਕ ਗੁਰਦੁਆਰਾ ਨੀਗਾ। ਓਕੇ। ਹਾਂਜੀ ਪਰ ਫਿਰ ਮੈਂ ਇੱਥੇ ਗੱਲ ਥੋੜ੍ਹੀ ਜਿਹੀ ਫਿਰ ਕੱਟਦਾ ਇੱਕ ਵਾਰੀ ਤੁਹਾਡੀ ਮੈਨੂੰ ਇਹ ਦੱਸੋ ਕਿ ਉਸ ਏਰੀਏ ਵਿੱਚ ਕੋਈ ਹੋਰ ਵੀ ਇਤਿਹਾਸਿਕ ਗੁਰੂ ਘਰ ਹੈਗੇ ਆ। ਹਾਂਜੀ ਉੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਹੈਗੇ ਨੇ ਨਾਨਕਪੁਰੀ ਟਾਂਡਾ ਹੈਗਾ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਉੱਥੇ ਗਏ ਨੇ। ਅੱਛਾ। ਨਾਨਕ ਮਾਤਾ ਸਾਹਿਬ ਸਾਤੋਂ 35 ਕਿਲੋਮੀਟਰ ਹੈ ਉੱਥੇ ਦੁੱਧ ਵਾਲੀ ਖੂਹੀ ਹੈ। ਓਕੇ। ਅਤੇ ਜਿੱਥੇ ਗੁਰੂ ਮਹਾਰਾਜ ਨੇ ਉਹ ਛੜੀ ਦੇ ਨਾਲ ਉੱਪਰੋਂ ਪਾਣੀ ਲਿਆਂਦਾ ਸੀ ਥੱਲੇ ਜਲ ਲਿਆਂਦਾ ਸੀ। ਓਕੇ। ਉਹ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜੀ। ਉੱਥੇ ਨਵਾਬਗੰਜ ਸਾਹਿਬ ਇਹ ਵੀ 6ਵੀਂ ਪਾਤਸ਼ਾਹੀ ਦਾ ਇਤਿਹਾਸਿਕ ਗੁਰਦੁਆਰਾ ਇੱਥੇ ਵੀ ਜੀ ਨਵਾਬਗੰਜ ਸਾਹਿਬ ਜੀ। ਹਾਂਜੀ। ਸੰਗਤ ਤੇ ਉੱਧਰ ਵੀ ਉਨੀ ਕੀ ਜਾਂਦੀ ਹੋਊਗੀ ਜਿੰਨੀ ਇੱਧਰ ਹੁੰਦੀ ਹੈ। ਆਈ ਮੀਨ ਇੱਥੇ ਮੈਨੂੰ ਲੱਗਦਾ ਵੀ ਸੰਗਤ ਜ਼ਿਆਦਾ ਹੁੰਦੀ ਹੈ ਜ਼ਿਆਦਾ ਹੁੰਦੀ ਕੀ ਰੀਜ਼ਨ ਬਣ ਗਿਆ ਕਿ ਆਪਣੇ ਸੰਤ ਆਪਾਂ ਆਮ ਤੌਰ ਤੇ ਸੰਤ ਕਹਿੰਦੇ ਜਿਹੜੇ ਧਾਰਮਿਕ ਬੰਦੇ ਹੁੰਦੇ ਆ ਪਰ ਮੈਨੂੰ ਸੁਣਨ ਵਿੱਚ ਆਇਆ ਕਿ ਇਹਨਾਂ ਨੂੰ ਵੀਰ ਜੀ ਕਿਹਾ ਜਾਂਦਾ। ਹਾਂਜੀ। ਵੀਰ ਜੀ ਅਨੂਪ ਸਿੰਘ ਹੋਰੀ। ਹਾਂਜੀ। ਇਹਨਾਂ ਨੂੰ ਕਿਉਂ ਇੱਥੇ ਸਥਾਪਿਤ ਕੀਤਾ ਗਿਆ ਕਿਉਂ ਲੈ ਕੇ ਆਉਂਦਾ ਗਿਆ ਕਿਉਂ ਗੱਦੀ ਇਹਨਾਂ ਨੂੰ ਨਸ਼ੀਨ ਕੀਤਾ ਗਿਆ ਉੱਥੇ ਇੱਥੇ ਪਸ਼ੀਆਪੁਰ ਗੁਰਦੁਆਰਾ। ਹਾਂਜੀ ਹਾਂਜੀ। ਇਹ ਵੀਰ ਜੀ ਦੀ ਸੇਵਾ ਜਿਹੜੀ ਨਵਾਬਗੰਜ ਸਾਹਿਬ ਚੱਲ ਰਹੀ ਸੀਗੀ ਆਲਰੇਡੀ ਇਲਾਕੇ ਦੇ ਵਿੱਚ ਵੀਰ ਜੀ ਨੇ ਬਹੁਤ ਕੰਮ ਕੀਤੇ ਨੇ ਸਕੂਲ ਚਲਾ ਰਹੇ ਨੇ ਜੀ ਫਿਰ ਇਹਨਾਂ ਨੇ ਖੇਡਾਂ ਵੀ ਕਰਾਉਂਦੇ ਨੇ। ਅੱਛਾ। ਅਤੇ ਕਾਫ਼ੀ ਕੁਛ ਕਿਸੇ ਵੀ ਸਿੱਖੀ ਦੇ ਪ੍ਰਤੀ ਕੋਈ ਵੀ ਕਿਤੇ ਮਾੜਾ ਚੰਗਾ ਕੰਮ ਹੁੰਦਾ ਤਾਂ ਉੱਥੇ ਪੂਰਾ ਆਪਣਾ ਟਾਈਮ ਕੱਢ ਕੇ ਉਹਨੂੰ ਪੂਰਾ ਸੋਲਵ ਕਰਨ ਤੱਕ ਉਹ ਕਰਕੇ ਹੀ ਮੁੜਦੇ ਨੇ ਜੀ। ਜਦੋਂ ਇਸ ਪਰਿਵਾਰ ਨੂੰ ਹਜ਼ਾਰਾਂ ਪਰਿਵਾਰ ਨੂੰ ਹੁਣ ਕੁਛ ਪ੍ਰੋਬਲਮਸ ਆਈਆਂ ਹੋਣੀਆਂ ਨੇ ਉੱਥੇ ਉਹਨਾਂ ਨੇ ਆਪ ਜਾ ਕੇ ਸੇਵਾ ਦਿੱਤੀ ਵੀਰ ਜੀ ਨੂੰ। ਅੱਛਾ। ਵੀਰ ਜੀ ਉਹਨਾਂ ਕੋਲ ਨਹੀਂ ਗਏ। ਅੱਛਾ ਅੱਛਾ। ਕੋਈ ਇਸ ਤਰ੍ਹਾਂ ਨਹੀਂ ਸੀ ਹੈਗਾ ਵੀ ਜ਼ਬਰਦਸਤੀ ਇਹਨਾਂ ਨੇ ਉਹ ਜਾ ਕੇ ਮਤਲਬ ਆਪਣਾ ਸਾਰਾ ਹੈਂਡਲ ਕਰ ਲਿਆ। ਨਹੀਂ ਜੀ ਨਹੀਂ ਵੀਰ ਜੀ ਨੇ ਫਿਰ ਵੀ ਸੰਗਤ ਦੇ ਵਿੱਚ ਕਿਹਾ ਵੀ ਜੋ ਸੰਗਤ ਦਾ ਹੁਕਮ ਹੈ ਮੈਨੂੰ ਸਿਰ ਮੱਥੇ ਆ ਮੈਂ ਤਾਂ ਸੇਵਾਦਾਰ ਹਾਂ ਮੈਂ ਤਾਂ ਸੇਵਾ ਹੀ ਕਰਨੀ ਹੈ। ਅੱਛਾ। ਹਾਂਜੀ। ਅਤੇ ਉਹ ਪਰਿਵਾਰ ਕਹਿੰਦਾ ਨਹੀਂ ਜੀ ਅਸੀਂ ਬਿਲਕੁਲ ਸੋਚ ਸਮਝ ਕੇ ਅਸੀਂ ਆਏ ਹਾਂ ਉਹ ਅਜਾ ਹਜ਼ਾਰਾਂ ਪਰਿਵਾਰ ਦਾ ਉਹਨਾਂ ਦਾ ਪੋਤਰ ਹੈ ਜਿਹੜਾ ਅਤੇ ਜਸਵਿੰਦਰ ਸਿੰਘ ਆਈ ਥਿੰਕ ਨਾਂ ਉਹਦਾ ਇਹਨਾਂ ਦੇ ਨਾਲ ਉਹਨਾਂ ਚਾਚਾ ਜੀ ਉਹਨਾਂ ਸਾਰਿਆਂ ਨੇ ਵੀਡੀਓਜ਼ ਵਗੈਰਾ ਵੀ ਹੈਗੀਆਂ ਨੇ ਸਾਰੀਆਂ ਮੌਕੇ ਦੀਆਂ ਜੀ ਉਹਨਾਂ ਨੇ ਵੀਰ ਜੀ ਨੂੰ ਸਰੋਪੇ ਪਾ ਕੇ ਸਾਰਾ ਵੀ ਵੀਰ ਜੀ ਅੱਜ ਤੋਂ ਸੇਵਾ ਤੁਹਾਡੇ ਕੋਲ ਹੈ।
ਕਿੰਨੀ ਦੇਰ ਦੀ ਗੱਲ ਹੈ ਇਹ 22 ਦੀ ਗੱਲ ਹੀ ਹੈ 22 ਦੀ ਜੀ 2 ਕੁ ਮਹੀਨੇ ਦੀ ਗੱਲ ਹੈ ਸਰ 2-3 ਮਹੀਨੇ ਵੱਧ ਤੋਂ ਵੱਧ ਰਫਲੀ ਉਹ ਜਦੋਂ ਵੀਰ ਜੀ ਨੂੰ ਸੇਵਾ ਸੌਂਪ ਦਿੱਤੀ ਹੈ ਉਸ ਤੋਂ 2-3 ਦਿਨ ਬਾਅਦ ਉਹਨਾਂ ਨੇ ਵੀਡੀਓ ਕੱਢਤੀ ਹੈ ਉਸ ਪਰਿਵਾਰ ਨੇ ਇਹ ਸੇਵਾ ਸਾਨੂੰ ਵਾਪਸ ਦਿੱਤੀ ਜਾਏ ਜਾਂ ਅਸੀਂ ਵੀ ਸੇਵਾ ਸਾਨੂੰ ਮਨਜ਼ੂਰ ਨਹੀਂ ਗੀ ਅੱਛਾ ਜੀ ਉਹ ਜਦੋਂ ਹੁਣ ਸਾਰਾ ਮਸਲਾ ਸੰਗਤ ਦੇ ਵਿੱਚ ਗਿਆ ਸੰਗਤ ਸਾਰੀ ਵੀਰ ਜੀ ਦੇ ਹੱਕ 'ਚ ਹੈ ਅਤੇ ਉਹ ਕਹਿੰਦੇ ਨੇ ਵੀ ਸੇਵਾ ਸਾਰੀ ਵੀਰ ਜੀ ਉੱਥੇ ਪੁਲਿਸ ਵੀ ਕਾਫੀ ਇਨਵੋਲਵ ਰਹੀ ਹੈ ਹੁਣ ਇਸ ਵੇਲੇ ਸੇਵਾ ਤਾਂ ਵੀਰ ਜੀ ਕਰਾ ਰਹੇ ਨੇ ਅੱਛਾ ਜਿਹੜੀ 5 ਬੰਦਿਆਂ ਦੀ ਕਮੇਟੀ ਬਣਾਈ ਗਈ ਆ ਉਹਦੇ 'ਚ ਗੋਲਕ ਉੱਤੇ ਉਹਦੇ ਵਿੱਚ ਬੰਦੇ ਉਹਨਾਂ ਦੇ ਨੇ ਕੁਛ ਜ਼ਿਆਦਾ 4 ਬੰਦੇ ਉਹਨਾਂ ਦੇ ਨੇ ਪਹਿਲੇ ਪਰਿਵਾਰ ਦੇ ਇੱਕ ਵੀਰ ਜੀ ਹੋਣਾ ਦੇ ਉਹ ਕਹਿੰਦੇ ਵੀ ਮੈਨੂੰ ਗੋਲਕ ਨਾ ਆ ਉਹਦੇ ਨਾਲ ਕੋਈ ਮਤਲਬ ਨਹੀਂ ਸੇਵਾ ਉਹ ਚੱਲ ਰਹੀ ਹੈ ਉਹ ਹੁਣ ਪੁਲਿਸ ਪ੍ਰਸ਼ਾਸਨ ਦੇ ਉੱਪਰ ਸਾਰੀ ਉਹਦੀ ਕਾਊਂਟਿੰਗ ਹੁੰਦੀ ਹੈ ਸਾਰਾ ਕੁਛ ਉਹ ਨਹੀਂ ਮੈਨੂੰ ਪੂਰਾ ਪਤਾ ਵੀ ਮਾਇਆ ਕਿੱਦਾਂ ਕੀ ਹੈ ਅਤੇ ਅੱਛਾ ਹਾਂਜੀ ਮੈਨੂੰ ਸੁਣਨ ਵਿੱਚ ਆਇਆ ਸੀ ਕਿ ਇੱਥੇ ਕੋਈ ਹਿੱਸਾ ਪੱਤੀ ਵੀ ਚੱਲਦੀ ਆ ਕੋਈ ਸਰਕਾਰੀ ਦਰਬਾਰੇ ਕੋਈ ਉਹਨਾਂ ਨੂੰ ਵੀ ਜਿਵੇਂ ਜੱਜੀਆ ਟੈਕਸ ਜਿਵੇਂ ਦੇਣਾ ਪੈਂਦਾ ਮੈਂ ਸੁਣਿਆ ਸੀਗਾ ਮੈਨੂੰ ਪੱਕਾ ਤਾਂ ਨਹੀਂ ਪਤਾ ਹਾਂਜੀ ਅਤੇ ਤੁਹਾਡੇ ਹਿਸਾਬ ਨਾਲ ਕੀ ਇਸ ਤਰ੍ਹਾਂ ਕੋਈ ਹੈ ਇਸ ਤਰ੍ਹਾਂ ਦਾ ਸਿਸਟਮ ਉੱਥੇ ਚੱਲਦਾ ਹਾਂਜੀ ਮੈਨੂੰ ਆਇਆ ਸੀ ਸੁਣਨ 'ਚ ਕਿ ਉਹ ਜਿਹੜਾ ਪਹਿਲਾ ਪਰਿਵਾਰ ਸੀਗਾ ਉਹਨਾਂ ਨੂੰ ਕੁਛ ਕੁ ਵਿੱਚੋਂ ਮਾਇਆ ਵਿੱਚੋਂ ਆਸੇ ਪਾਸੇ ਦੇਣੀ ਪੈਂਦੀ ਸੀ ਉਹਨਾਂ ਉੱਤੇ ਜਾਗਦਾ ਕਿ ਮੈਨੂੰ ਹੋਰ ਕੋਈ ਗਰੁੱਪਸ ਪਾਰਟੀਆਂ ਦਾ ਜ਼ੋਰ ਪੈ ਰਿਹਾ ਸੀਗੀ ਅੱਛਾ ਜੀ ਉਹਨਾਂ ਨੇ ਉਹਦੇ ਆਈ ਥਿੰਕ ਦੁੱਖੋਂ ਹੀ ਆ ਕੇ ਵੀ ਅਸੀਂ ਇਸ ਕੰਮ ਤੋਂ ਨਿਕਲ ਹੀ ਜਾਂਦੇ ਹਾਂ ਵੀ ਵੀਰ ਜੀ ਨੂੰ ਇਹ ਸੇਵਾ ਦੇ ਦਿੰਦੇ ਹਾਂ ਅਤੇ ਇਹ ਮਤਲਬ ਜਿਹੜੀ ਵੀ ਮਾਇਆ ਜਾਂ ਡੋਨੇਸ਼ਨ ਆਏਗੀ ਉਹ ਕਿਤੇ ਚੰਗੇ ਥਾਂ ਲੱਗੇਗੀ ਅੱਛਾ ਹਾਂਜੀ ਅਤੇ ਦੁਬਾਰਾ ਪਰਿਵਾਰ ਨੂੰ ਕੀ ਲੋੜ ਪੈ ਗਈ ਇੱਧਰ ਵਾਪਸ ਆਉਣ ਦੀ ਇਹ ਜਦੋਂ ਜੀ ਆਪਣਾ ਉਹਨਾਂ ਨੇ ਵੀਰ ਜੀ ਨੂੰ ਸੇਵਾ ਦਿੱਤੀ ਆਪ ਸੇਵਾ ਦੇ ਕੇ ਗਏ ਨੇ 2-3 ਦਿਨ ਸਾਰਾ ਠੀਕ ਰਿਹਾ ਉਸ ਤੋਂ ਬਾਅਦ ਉਹਨਾਂ ਨੇ ਵੀਡੀਓ ਵਾਇਰਲ ਕਰਦੀ ਮੈਨੂੰ ਲੱਗਦਾ ਕਿ ਕੁਛ ਜਿਹੜੇ ਦੂਜੇ ਗਰੁੱਪ ਹੋਣੇ ਨੇ ਉੱਥੇ ਵੀਡੀਓ ਵਾਇਰਲ ਕਿਸ ਤਰ੍ਹਾਂ ਦੀ ਵੀਡੀਓ ਕੀ ਉਹਨਾਂ ਨੇ ਦੂਜੇ ਪਰਿਵਾਰ ਨੇ ਵੀਡੀਓ ਬਣਾ ਕੇ ਪਾਤੀ ਜੀ ਅਸੀਂ ਜਿਹੜੀ ਇਹ ਸੇਵਾ ਸਾਨੂੰ ਇਹ ਵੀਰ ਜੀ ਨੂੰ ਦਿੱਤੀ ਇਹ ਸਾਨੂੰ ਮਨਜ਼ੂਰ ਨਹੀਂ ਗਾ ਇਹ ਸੇਵਾ ਵਾਪਸ ਲੈਣਾ ਚਾਹੁੰਦੇ ਹਾਂ ਉਸ ਤੋਂ ਬਾਅਦ ਫਿਰ ਕਾਫੀ ਵਿਵਾਦ ਚੱਲਿਆ ਉਸ ਤੋਂ ਬਾਅਦ ਕਾਫੀ ਵੀਡੀਓਜ਼ ਆਈਆਂ ਨੇ ਉਹਨਾਂ ਵਿੱਚ ਹੁਣ ਉਹਦੇ 'ਚ ਜਿਹੜਾ ਆਪਣਾ ਬਿਲਾਸਪੁਰ ਦਾ SP ਤੱਕ ਹੋ ਗਿਆ ਸਾਰੇ ਜਿੰਨੇ ਵੀ ਹੈਗੇ ਨੇ ਪੁਲਿਸ ਮਹਿਕਮਾ ਸਾਰਾ ਉਹਦੇ 'ਚ ਇਨਵੋਲਵ ਹੈ ਅੱਛਾ ਜੀ ਉਹਨਾਂ ਦਾ ਹੁਣ ਉਸ ਪਰਿਵਾਰ ਨਾਲ ਵੀ ਕਾਫੀ ਜੁੜੇ ਹੋਣੇ ਨੇ ਪਹਿਲਾਂ ਤੋਂ ਪੁਰਾਣੇ ਅਤੇ ਵੀਰ ਜੀ ਦੀ ਸੇਵਾ ਚੱਲ ਰਹੀ ਹੈ ਉੱਥੇ ਹੁਣ ਪੁਲਿਸ ਵੀ ਪੂਰਾ ਨਿਗਰਾਨੀ ਰੱਖਦੀ ਵੀ ਕੋਈ ਵਿਵਾਦ ਵਗੈਰਾ ਨਾ ਹੋਏ ਓਕੇ ਹਾਂਜੀ ਅਤੇ ਕੀ ਇਹਦਾ ਹੁਣ ਤੁਹਾਨੂੰ ਕੀ ਲੱਗ ਰਿਹਾ ਆਮ ਪਬਲਿਕ ਜਿਹੜੀ ਹੈਗੀ ਆ ਉਹ ਕਿੱਧਰ ਨੂੰ ਜ਼ਿਆਦਾ ਹੈਗੀ ਸੰਗਤ ਕਿੱਧਰ ਨੂੰ ਚਾਹੁੰਦੀ ਆ ਆਮ ਸੰਗਤ ਤਾਂ ਮੋਸਟਲੀ ਜਿਹੜੀ ਹੈਗੀ ਹੈ ਉਹ ਵੀਰ ਜੀ ਹੋਣਾ ਦੇ ਨਾਲ ਹੈ ਅਤੇ ਉਹ ਕਹਿੰਦੇ ਨੇ ਵੀ ਸੇਵਾ ਵੀਰ ਜੀ ਇਹੀ ਕਰਾਉਣ ਅਤੇ ਉਹ ਹੁਣ ਪਰਿਵਾਰ ਦੇ ਉਹਨਾਂ ਨੇ ਉੱਥੇ ਵੀ ਪੁਲਿਸ 'ਚ ਵੀ ਲਾਇਆ ਕੇਸ ਤਾਂ ਸਾਰਾ ਕਿ ਉਹ ਵਾਪਸ ਲੈਣਾ ਚਾਹੁੰਦੇ ਨੇ ਐਂਡ ਦੇ ਵਿੱਚ ਡਿਸੀਜਨ ਇਹ ਹੋਇਆ ਕਿ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਸਾਹਿਬ ਹਰਪ੍ਰੀਤ ਸਿੰਘ ਮੈਂ ਇਸ ਤੋਂ ਪਹਿਲਾਂ ਇੱਕ ਗੱਲ ਹੋਰ ਕਲੀਅਰ ਕਰਨਾ ਚਾਹੁੰਦਾ ਵੀ ਪਰਿਵਾਰ ਨੇ ਕੀ ਕੋਈ ਇਹਨਾਂ ਦੇ ਅਗੇਂਸਟ ਕੋਈ ਰਿਪੋਰਟ ਵੀ ਲਿਖਾਈ ਆ ਜਾਂ ਕੋਈ ਕੇਸ ਵੀ ਕੀਤਾ ਵਾਪਸ ਲੈਣ ਲਈ ਕਿ ਜ਼ਬਾਨੀ ਗੱਲ ਚੱਲ ਰਹੀ ਹੈ ਫਿਲਹਾਲ ਆਈ ਥਿੰਕ ਮੈਨੂੰ ਮਾੜਾ ਜਿਹਾ ਪਤਾ ਲੱਗਾ ਵੀ ਉਹਨਾਂ ਨੇ ਰਿਪੋਰਟ ਵੀ ਕਰਾਈ ਉਹਦੇ ਵਿੱਚ ਕੁਛ ਬੰਦਿਆਂ ਦੇ ਨਾਂ ਵੀ ਦਿੱਤੇ ਨੇ ਜੀ ਹਾਂਜੀ ਰਿਪੋਰਟ ਹੋਈ ਆ ਕੇਸ ਮਤਲਬ ਸ਼ੁਰੂ ਹੋਊਗਾ ਹਾਂਜੀ ਜੇ ਕੇਸ ਚੱਲਦਾ ਹੁਣ ਤੁਸੀਂ ਦੱਸਿਆ ਕਿ ਨਾਲ ਦੀ ਨਾਲ ਹੀ ਜਿਹੜਾ ਅਕਾਲ ਤਖ਼ਤ ਤੱਕ ਸਾਹਿਬ ਤੱਕ ਵੀ ਅਪਰੋਚ ਕੀਤਾ ਗਿਆ ਇਸ ਸਾਰੇ ਮਸਲੇ ਨੂੰ ਅਤੇ ਕੀ ਉੱਧਰੋਂ ਰਿਸਪੋਂਸ ਕੀ ਆਇਆ ਉਹਦੇ ਵਿੱਚ ਸੰਗਤ ਨੇ ਹੀ ਇਹ ਫੈਸਲਾ ਲਿਆ ਜੀ ਵੀਰ ਜੀ ਜ਼ਿਆਦਾ ਅਨੁਵਾਲ ਵੀਰ ਜੀ ਕਹਿੰਦੇ ਵੀ ਸੰਗਤ ਨੂੰ ਵੀ ਜਿੱਦਾਂ ਤੁਹਾਨੂੰ ਮਨਜ਼ੂਰ ਹੈ ਮੈਨੂੰ ਠੀਕ ਹੈ ਜੇ ਸੰਗਤ ਚਾਹੁੰਦੀ ਹੈ ਮੈਂ ਠੀਕ ਹਾਂ ਜੇ ਮੈਨੂੰ ਸੰਗਤ ਕਹਿੰਦੀ ਮੈਂ ਬਾਹਰ ਹਾਂ ਮੈਂ ਇਹਨਾਂ ਤੋਂ ਵਾਹ ਵਾਹੀ ਤੋਂ ਜਾਂ ਕੋਈ ਇੱਦਾਂ ਦਾ ਉਹਨਾਂ ਦਾ ਕੋਈ ਮਸਲਾ ਨਹੀਂ ਗਾ ਬਹੁਤ ਸਿੰਪਲ ਇਨਸਾਨ ਨੇ ਸੇਵਾ ਬਹੁਤ ਕਰਾਉਂਦੇ ਨੇ ਨਾਮ ਜਾਣੀ ਨਾਲ ਨਾਮ ਬਾਣੀ ਨਾਲ ਸੰਗਤ ਨੂੰ ਜੋੜਦੇ ਨੇ ਅਤੇ ਬਹੁਤ ਸਾਰੇ ਕੰਮ ਏਰੀਏ 'ਚ ਕਰ ਰਹੇ ਨੇ ਜੀ ਉਹਦੇ 'ਤੇ ਇੱਦਾਂ ਕਿ ਹੁਣ ਸੰਗਤ ਨੇ ਫੈਸਲਾ ਲਿਆ ਕਿ ਇਹਨੂੰ ਆਪਾਂ ਅਕਾਲ ਤਖ਼ਤ ਸਾਹਿਬ 'ਚ ਲੈ ਜਾਂਦੇ ਹਾਂ ਜੀ ਅਤੇ ਉਹਨਾਂ ਨੂੰ ਜਥੇਦਾਰ ਸਾਹਿਬ ਨੂੰ ਸਾਰਾ ਦੱਸ ਦਿੰਦੇ ਹਾਂ ਜੋ ਫੈਸਲਾ ਕਰਨਗੇ ਉਹਨੂੰ ਸੰਗਤ ਨੂੰ ਅਤੇ ਵੀਰ ਜੀ ਨੂੰ ਮਨਜ਼ੂਰ ਹਾਲੇ ਤੱਕ ਉੱਥੇ ਗੱਲ ਪਹੁੰਚੀ ਨਹੀਂ ਕਹਿਣ ਦਾ ਮਤਲਬ ਅਜੇ ਉੱਥੇ ਗੱਲ ਨਹੀਂ ਪਹੁੰਚੀ ਹਾਂਜੀ ਅੱਛਾ ਹਾਲੇ ਆਪਸ 'ਚ ਵਿਚਾਰ ਵਟਾਂਦਰ ਉੱਥੇ ਮਤਲਬ ਜਿਹੜਾ ਲੋਕਲ ਉਹਨੂੰ ਮਤਲਬ ਸਾਰਾ ਕਿ ਉਹਨੂੰ ਕੰਟਰੋਲ 'ਤੇ ਰੱਖਣ ਦੇ ਵਾਸਤੇ ਇਹ ਫੈਸਲਾ ਲਿਆ ਗਿਆ ਸੰਗਤ ਦਾ ਜੀ ਕਿ ਵੀਰ ਅਕਾਲ ਤਖ਼ਤ ਸਾਹਿਬ ਚੱਲਦੇ ਹਾਂ ਜੋ ਜਥੇਦਾਰ ਸਾਹਿਬ ਫੈਸਲਾ ਕਰ ਦੇਣਗੇ ਉਹ ਠੀਕ ਹੈ ਅਤੇ ਜਥੇਦਾਰ ਸਾਹਿਬ ਨੇ ਜਿਹੜੇ ਉਹ 2 ਤਰੀਕ ਨੂੰ ਇੱਥੇ ਨਿਊਯਾਰਕ ਆ ਰਹੇ ਨੇ ਅਤੇ ਉਹ ਥੋੜ੍ਹਾ ਬਿਜ਼ੀ ਵਿਚ ਆ ਰਹੇ ਹੁਣ ਇੱਥੋਂ ਜਾਣਗੇ ਫਿਰ ਉਹ ਉੱਥੋਂ ਟਾਈਮ ਲੈ ਕੇ ਅਤੇ ਅਮੈਰੀਕਾ ਆ ਰਹੇ ਕਹਿਣ ਦਾ ਤੁਹਾਡਾ ਹਾਂਜੀ ਹਾਂਜੀ ਨਿਊਯਾਰਕ 2 ਤਰੀਕ ਨੂੰ ਪਹੁੰਚ ਰਹੇ ਹਾਂਜੀ ਉੱਥੇ ਵੀ ਸੰਗਤ ਪਹੁੰਚਣ ਨੂੰ ਤਿਆਰ ਹੋਈ ਹੋਈ ਆ ਉਹਨਾਂ ਨੂੰ ਮਿਲਣ ਵਾਸਤੇ ਉੱਥੇ ਵੀ ਪਹੁੰਚਣ ਨੂੰ ਤਿਆਰ ਹੋਈ ਹੈ ਕੁਛ ਕੁ ਹੋਰ ਵੀ ਇੱਥੇ ਇਲਾਕੇ ਦੀਆਂ ਸੰਗਤਾਂ ਹੈਗੀਆਂ ਨੇ ਕੁਛ ਉਹ ਵੀ ਮਤਲਬ ਵੀ ਉਹਨਾਂ ਨੂੰ ਜਥੇਦਾਰ ਸਾਹਿਬ ਨੂੰ ਲੈਟਰ ਭੇਜ ਕੇ ਜਾਂ ਬਾਏ ਫੋਨ ਜਾਂ ਉਹਨਾਂ ਨਾਲ ਰਾਬਤਾ ਕਾਇਮ ਕਰਨਗੇ ਜੀ ਜੀ ਹਾਂਜੀ ਅਤੇ ਇਹ ਜਦੋਂ ਸਾਰਾ ਵਾਦ ਵਾਦ ਚੱਲ ਰਿਹਾ ਅਤੇ ਨਾਲ ਦੀ ਨਾਲ ਤੁਸੀਂ ਕਹਿੰਦੇ ਵੀ ਕੇਸ ਵੀ ਚੱਲ ਰਿਹਾ ਹਾਂਜੀ ਅਤੇ ਜੇ ਇੱਧਰੋਂ ਗੱਲ ਹੋ ਜਾਂਦੀ ਉਦੋਂ ਉੱਧਰੋਂ ਉਹਨਾਂ ਨੂੰ ਜਿਹੜੀ ਦੂਜੀ ਧਿਰ ਆ ਉਹਨਾਂ ਨੇ ਜਿਹਨਾਂ ਨੇ ਕੇਸ ਕੀਤਾ ਹਾਂਜੀ ਉਹਨਾਂ ਨੂੰ ਇਹ ਫੈਸਲਾ ਮਨਜ਼ੂਰ ਹੋਊਗਾ ਬਿਲਕੁਲ ਉਹ ਸੰਗਤ ਉਹਨਾਂ ਦੇ ਗਰੁੱਪ ਦੇ ਨੇ ਜਾਂ ਜਿਹੜੇ ਉਹਨਾਂ ਨੇ ਕਮੇਟੀ ਬਣਾਈ ਹੈ ਜਿਹੜੇ ਵੀ ਬੰਦੇ ਉਸ ਦੇ ਵਿੱਚ ਹੈਗੇ ਨੇ ਉਹਨਾਂ ਸਾਰਿਆਂ ਦਾ ਰਲ ਕੇ ਹੀ ਫੈਸਲਾ
अच्छा कि जे अकाल तख्त साहब जिन्हों सेवा देंदा उदों आई थिंक फिर वह केस जो ड्रॉप कर देंगे फिर कर देंगे। हाँ जी मैं इत्थे एक गल होर आ जाती है कि जदों पहला परिवार तुसीं कहा भी एक परिवार के अंडर सी कि उदों भी एक कमेटी हैगी सी है? नहीं इन्हां दी कमेटी है नहीं सी जी कोई कमेटी बाद च बनी है। कमेटी ये जिहड़ा पछियापुर वाला जिहड़ा गुरुद्वारा चल रहा ना उन्हां दी कोई कमेटी नहीं सी स्टार्ट टू एंड। ओके हाँ जी तो हुण तुसीं कहिंदे परिवार ही हुण तां ये जदों विवाद आया काउंटिंग करके सारा जो भी है बाकी सेवा जी वीर जी अनूप सिंह वालों हम ऑलरेडी चल रही है उत्थे ते जिदन अकाल तख्त साहब तो फैसला आ गया जिन्हों वह सेवा दी गई वह कहते जी मंजूर। इस वे जरा जिमें दसिया कि पहला काफ़ी वो मन्नत सी दुनिया संगत जी सी बहुत बड़ी गिनती में आती सी कोई संगत का इस वाद विवाद कारण कोई इफेक्ट तो नहीं पाया? संगत का काफ़ी हैगा क्योंकि हुण दूजे ग्रुप ना भी जदों उत्थे प्रोग्राम कोई चलता है या आउंदे ने विवाद तो हैगा ही है उस करके फिर पुलिस प्रशासन भी सारा उत्थे लाउणा पिया। अच्छा भी कोई लड़ाई झगड़ा ना होए। हाँ जी अच्छा उहदी फिर जिहड़ी उहदे लई खर्चा भी देना पैंदा खर्चा भी बिल्कुल जांदा। हाँ जी उहदा संगत दा ही पैसा उधर भी सारा संगत दा जी नुकसान भी हो रहा। हाँ जी हाँ जी बिल्कुल भी किन्नियां मिन्नतां मन्नतां मन के जिहड़ियां उहनां ने चढ़ावे दित्ते हुंदे अपने हाँ जी उत्थे कीते हुंदे चढ़ावे ਉਹ ਸਾਰਾ ਪੈਸਾ ਪ੍ਰਸ਼ਾਸਨ ਨੂੰ ਹੁਣ ਜਾ ਰਿਹਾ। ਹਾਂਜੀ ਉਹ ਵੀ ਕਿਉਂਕਿ ਉਹਨਾਂ ਨੇ ਵੀ ਬਿਲਕੁਲ ਹਾਂਜੀ ਹਾਂਜੀ ਜਾ ਅੱਗੇ ਉਹ ਕੇਸਾਂ ਤੇ ਵੀ ਲੱਗਣਗੇ ਕੇਸਾਂ ਤੇ ਵੀ ਲੱਗਣਗੇ ਤੇ ਭੱਜ ਦੌੜ ਜਿਹੜੀ ਹੋਣੀ ਹੈ ਉਹ ਵੱਖਰੀ ਹੋਣੀ ਹੈ ਬਹੁਤ ਮੰਦਭਾਗੀ ਇਹ ਗੱਲ ਆ। ਹਾਂਜੀ ਇਹ ਬਹਿ ਕੇ ਇਹਨਾਂ ਨੂੰ ਸਲੂਸ਼ਨ ਜਿਹੜਾ ਮੇਰੇ ਹਿਸਾਬ ਨਾਲ ਕਰ ਲੈਣਾ ਚਾਹੀਦਾ। ਹਾਂਜੀ ਬਾਈ ਦੀ ਵੇ ਇਸ ਵੇਲੇ ਤੁਸੀਂ ਕੀ ਕਹਿਣਾ ਚਾਹੁੰਦੇ ਹੋਰ ਵੀ ਕੀ ਹੋਣਾ ਚਾਹੀਦਾ ਤੁਹਾਡੇ ਆਪਣੇ ਪਰਸਨਲ ਵਿਊਜ਼ ਕੀ ਆ ਇਹਦੇ ਬਾਰੇ? ਮੇਰੇ ਪਰਸਨਲ ਵਿਊਜ਼ ਇਹ ਨੇ ਕਿ ਮੈਂ ਉਸ ਏਰੀਏ ਦਾ ਹੈਗਾ ਤੇ ਮੈਨੂੰ ਸਾਰੀ ਰਿਪੋਰਟ ਮਤਲਬ ਅਪ ਟੂ ਡੇਟ ਸਾਰਾ ਪਤਾ ਲੱਗਦਾ ਰਹਿੰਦਾ ਮੈਂ ਚੈਨਲ ਵੀ ਵਾਚ ਕਰਦਾ ਸਾਰਾ ਕੁਛ ਜੀ ਤੇ ਜਦੋਂ ਦਾ ਇਹ ਵਿਵਾਦ ਸ਼ੁਰੂ ਹੋਇਆ ਇਹਦੇ ਮਨ ਨੂੰ ਵੀ ਥੋੜ੍ਹਾ ਜਿਹਾ ਦੁੱਖ ਲੱਗਾ ਕਿ ਸਿੱਖ ਹੀ ਸਿੱਖ ਦੇ ਨਾਲ ਨੋ ਰੀਜ਼ਨ ਲੜੀ ਜਾਂਦਾ ਜੀ ਹੁਣ ਜੇ ਇੱਕ ਪਰਿਵਾਰ ਨੇ ਜਾਂ ਆਲਰੇਡੀ ਵੀਰ ਜੀ ਨੂੰ ਸੇਵਾ ਦਿੱਤੀ ਆ ਅਤੇ ਕੋਈ ਸੋਚ ਸਮਝ ਕੇ ਦਿੱਤੀ ਹੋਣੀ ਹੈ ਤਾਂ ਉਹ ਸੇਵਾ ਵੀਰ ਜੀ ਕੋਲ ਰਹਿਣੀ ਚਾਹੀਦੀ ਹੈ। ਜੇ ਵੀਰ ਜੀ ਕੋਲ ਸੇਵਾ ਰਹਿੰਦੀ ਹੈ ਉਹ ਜਿੰਨੀ ਵੀ ਮਾਇਆ ਉੱਥੇ ਚੰਗੇ ਕੰਮਾਂ 'ਚ ਲਾਉਣਗੇ ਉੱਥੇ ਹੋਰ ਜ਼ਿਆਦਾ ਸਿੱਖੀ ਨੂੰ ਪ੍ਰਫੁੱਲਿਤ ਕਰਨਗੇ ਜੀ ਅਤੇ ਇਹੋ ਹੀ ਕੋਸ਼ਿਸ਼ ਹੈ ਅਤੇ ਬਾਕੀ ਜੋ ਵਾਹਿਗੁਰੂ ਨੂੰ ਮਨਜ਼ੂਰ ਹੈ ਜੋ ਜਥੇਦਾਰ ਸਾਹਿਬ ਫੈਸਲਾ ਕਰਨਗੇ ਉਹ ਸਾਰਿਆਂ ਨੂੰ ਮਨਜ਼ੂਰ ਹੋ ਉਹ ਸਾਰਿਆਂ ਨੂੰ ਮਨਜ਼ੂਰ ਹੈ। ਚਲੋ ਠੀਕ ਆ ਜੀ ਬਹੁਤ ਵਧੀਆ ਚੰਗਾ ਚੰਗੀ ਗੱਲ ਇਹੀ ਆ ਕਿ ਜੇ ਰਲ ਮਿਲ ਬੈਠ ਕੇ ਇਹ ਸਾਰਾ ਫੈਸਲਾ ਹੋ ਜਾਂਦਾ ਹਾਂਜੀ ਅਤੇ ਇੱਕ ਧਿਰ ਇਹ ਨਾ ਕਵੇ ਵੀ ਮੈਂ ਆਹ ਕਰਨਾ ਦੂਜੀ ਧਿਰ ਆਹ ਕਵੇ ਨਹੀਂ ਜੀ ਮੈਂ ਤਾਂ ਆਹ ਕਰਨਾ ਉਦੋਂ ਫੈਸਲੇ ਹੁਣ ਔਖੇ ਹੋ ਜਾਂਦੇ। ਜੇ ਸਾਰੇ ਰਾਜ਼ੀ ਹੋਣ ਕਿ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਛਤਰ ਛਾਇਆ ਹੇਠ ਉਹਨਾਂ ਦਾ ਜੋ ਵੀ ਫੈਸਲਾ ਹੋਊ ਅਤੇ ਅਸੀਂ ਉਹਨਾਂ ਨੂੰ ਮੰਨਾਂਗੇ ਇਸ ਤੋਂ ਵਧੀਆ ਕੋਈ ਗੱਲ ਹੋ ਨਹੀਂ ਸਕਦੀ। ਸਰਦਾਰ ਗੁਰਿੰਦਰ ਸਿੰਘ ਬਾਜਵਾ ਜੀ ਤੁਸੀਂ ਸਾਡੇ ਸਟੂਡੀਓ ਪੰਜਾਬ ਮੇਲ ਵਿੱਚ ਆਏ ਹੋ ਤੁਸੀਂ ਬਹੁਤ ਇੱਕ ਅਹਿਮ ਜਾਣਕਾਰੀ ਦਿੱਤੀ ਹੈ ਜਿਹੜੇ ਕਿ ਸਾਡੇ ਧਰਮ ਨਾਲ ਜੁੜੀ ਹੋਈ ਹੈ। ਅਸੀਂ ਇਹ ਅਰਦਾਸ ਕਰਦੇ ਹਾਂ ਕਿ ਸਿੱਖਾਂ ਨੂੰ ਸਮੱਤ ਬਖਸ਼ੇ ਅਤੇ ਕੋਈ ਵੀ ਅਜਿਹੇ ਜਿਹੜੇ ਝਗੜੇ ਆ ਜਾਂ ਕੋਈ ਮਸਲੇ ਆ ਉਹ ਮਿਲ ਬੈਠ ਕੇ ਜੇ ਨਜਿੱਠੇ ਜਾਣ ਤਾਂ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੋਏਗੀ। ਬਿਲਕੁਲ ਇੱਦਾਂ ਹੀ ਅੰਦਾਵਾ ਸਾਹਿਬ ਜੇ ਮਿਲ ਜੁਲ ਕੇ ਮਿਲ ਬਹਿ ਕੇ ਜੇ ਅਗਰ ਫੈਸਲਾ ਹੁੰਦਾ ਉਹਦੇ ਵਰਗੀ ਤਾਂ ਕੋਈ ਰੀਸ ਨਹੀਂ ਹੁੰਦਾ। ਇਸ ਵੇਲੇ ਇੰਨਾ ਜ਼ਿਆਦਾ ਉੱਥੇ ਜ਼ਿਆਦਾ ਵੱਧ ਗਿਆ ਵਾਦ ਵਿਵਾਦ ਸੋ ਜੋ ਅਕਾਲ ਤਖ਼ਤ ਸਾਹਿਬ ਤੋਂ ਹੋਏਗਾ ਉਹ ਸਾਰਾ ਸਾਰੀ ਸੰਗਤ ਨੂੰ ਇਲਾਕੇ ਦੇ ਨੂੰ ਮਨਜ਼ੂਰ ਹੈ ਅਤੇ ਥੈਂਕ ਯੂ ਰੰਧਾਵਾ ਸਾਹਿਬ ਤੁਹਾਡਾ ਟਾਈਮ ਦੇਣ ਦਾ ਅਤੇ ਥੈਂਕ ਯੂ ਜੀ। ਤੁਹਾਡੇ ਬਹੁਤ ਚੰਗਾ ਜੀ ਸਾਨੂੰ ਉਮੀਦ ਹੈ ਕਿ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਊਗਾ। ਤੁਸੀਂ ਆਪਣੇ ਵਿਚਾਰ ਦੇਣੇ ਹੋਣ ਸਾਡਾ ਟੀ ਵੀ ਤੋਂ ਇਲਾਵਾ ਇੱਕ ਸਾਡੇ ਜਿਹੜੇ ਸੋਸ਼ਲ ਮੀਡੀਆ ਦੇ ਹੈਗੇ ਆ ਯੂਟਿਊਬ ਆ ਫੇਸਬੁੱਕ ਆ ਉੱਥੇ ਵੀ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਟੀ ਵੀ ਤੋਂ ਇਲਾਵਾ ਜਿਵੇਂ ਟੀ ਵੀ ਦਾ ਨਾਂ ਹੀ ਸਾਡਾ ਪੰਜਾਬ ਮੇਲ USA ਆ ਇਸੇ ਤਰੀਕੇ ਨਾਲ ਸਾਡਾ ਜਿਹੜਾ ਯੂਟਿਊਬ ਸੋਸ਼ਲ ਮੀਡੀਆ ਜਿਹੜਾ ਹੋਰ ਵੀ ਜਿਹੜਾ ਚੈਨਲ ਆ ਉਹ ਸਾਰਾ ਹੀ ਪੰਜਾਬ ਮੇਲ USA ਦੇ ਨਾਂ 'ਤੇ ਹੀ ਆ ਤੁਸੀਂ ਉਹਨੂੰ ਸਬਸਕ੍ਰਾਈਬ ਕਰੋ। ਹੋਰ ਵੀ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ ਉਸ ਚੈਨਲ 'ਤੇ ਆਉਂਦੇ ਆ ਅਤੇ ਉਹਨਾਂ ਨੂੰ ਤੁਸੀਂ ਜਦੋਂ ਮਰਜ਼ੀ ਵਾਚ ਕਰ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।